ਉੱਗੇ ਕਹਾਣੀਕਾਰ ਦਲਬੀਰ ਚੇਤਨ ਹੋਰਾਂ ਦੀ ਲਿਖੀ ਹੋਈ ਕਹਾਣੀ ਹੈ ਇੱਕ ਵਾਰੀ ਫਿਰ ਪਾਸ਼ ਅੱਜ ਢਾਡੀ ਉਦਾਸ ਸੀ ਛਾਂਗੇ ਹੋਏ ਰੁੱਖ ਵਾਂਗਰਾਂ ਉਦਾਸ ਸਿਆਲ ਦੀ ਤੁੱਪ ਵਾਂਗਰਾਂ ਉਦਾਸ ਤੇ ਕਿਸੇ ਹੱਥੀ ਤੋਰੇ ਪਿਆਰੇ ਦੀ ਮੁੜ ਮੁੜ ਆਉਂਦੀ ਯਾਦ ਵਾਂਗਰਾਂ ਉਦਾਸ ਅੱਧ ਖੁੱਲੇ ਬੋਹੇ ਨੂੰ ਠਰੀਵਾ ਦਾ ਬੁੱਲਾ ਤੱਕਾ ਦੇ ਕੇ ਅੰਦਰ ਲੰਘ ਆਇਆ ਕਾਂਤ ਨਾਲ ਢੋ ਲਾ ਕੇ ਖਲੋਤੀ ਪਾਸ਼ ਕੰਬਣੀ ਖਾ ਕੇ ਰਹਿ ਗਈ ਬੇਸੁਰਤੀ ਜਈ ਦੀ ਹਾਲਤ ਵਿੱਚ ਉਹਨੇ ਬੂਹਾ ਢੋ ਦਿੱਤਾ ਆਪਣੇ ਠਰੇ ਹੱਥਾਂ ਨੂੰ ਮਗਦੇ ਹੀਟਰ ਉੱਤੇ ਸੇਕਦਿਆਂ ਵੀ ਉਹ ਕੰਬੀ ਜਾ ਰਹੀ ਸੀ ਉਸਨੇ ਇੱਕ ਲੰਮਾ ਹੌਕਾ ਲਿਆ ਆਪਣੀ ਜ਼ਿੰਦਗੀ ਦੇ ਦੁੱਖਾਂ ਵਰਗਾ ਲੰਮਾ ਉਹਨੇ ਜ਼ਿੰਦਗੀ ਵਿੱਚ ਸਭ ਕੁਝ ਚੁੱਪਚਾਪ ਸਹਿ ਲਿਆ ਸੀ ਕਦੇ ਵੀ ਕੋਈ ਸ਼ਿਕਾਇਤ ਨਹੀਂ ਸੀ ਕੀਤੀ ਸ਼ਿਕਾਇਤ ਕਰਦੀ ਵੀ ਕਿਨੂੰ ਪਿਓ ਬਾਰੀ ਪਾਸ਼ ਦੀ ਇੱਕ ਬੁੱਢੀ ਮਾਂ ਤੇ ਇੱਕ ਛੋਟੀ ਭੈਣ ਹੀ ਸੀ ਜ਼ਿੰਦਗੀ ਨੇ ਉਹਨਾਂ ਨੂੰ ਵੀ ਤਾਂ ਕੁਝ ਨਹੀਂ ਸੀ ਦਿੱਤਾ ਬੁੱड्ढे ਤੇ ਛੋਟੇ ਹੱਥ ਆਪਣੇ ਆਸਰੇ ਲਈ ਪਾਸ਼ ਦੇ ਹੱਥਾਂ ਵੱਲ ਹੀ ਵੰਦੇ ਸਨ ਉਹ ਆਪ ਹਿੰਮਤ ਨਾਲ ਗਿਆਨੀ ਕਰਕੇ ਇੱਕ ਸਕੂਲ ਵਿੱਚ ਪੜਾਉਣ ਲੱਗ ਪਈ ਉਸ ਦੀ ਤਨਖਾਹ ਨਾਲ ਘਰ ਦਾ ਥੋੜਾ ਬਹੁਤ ਧੂਆਂ ਧੁਖਣ ਲੱਗਾ ਨੌਕਰੀ ਤੇ ਲੱਗ ਕੇ ਉਹਨੇ ਆਪਣੀ ਉਮਰ ਤੋਂ ਵੀ ਪਾਰੇ ਫਰਜ਼ਾਂ ਦਾ ਭਾਰ ਆਪਣੇ ਸਿਰ ਤੇ ਚੁੱਕ ਲਿਆ ਕਿਸੇ ਬਨੀਤੇ ਸ਼ਾ ਤੋਂ ਵਿਆਜੀ ਲੈ ਕਰਜ਼ੇ ਵਾਂਗ ਫਰਜ਼ਾਂ ਦਾ ਕਰਜ਼ਾ ਵੀ ਮੁਕਣ ਦਾ ਨਾਂ ਨਹੀਂ ਸੀ ਲੈਂਦਾ ਪੱਥਰਾਂ ਜੇ ਹਾਲਾਤਾਂ ਨਾਲ ਮੱਥਾ ਮਾਰਦਿਆਂ ਉਹ ਆਪ ਵੀ ਇੱਕ ਪਠਾਰ ਜੀ ਬਣ ਕੇ ਰਹਿ ਗਈ ਸੀ ਪਰ ਇਸ ਪਠਾਰ ਉੱਤੇ ਦੇਵ ਦੀ ਨੇੜਤਾ ਹਰੀਆਲੀ ਵਾਂਗ ਉੱਗ ਆਈ ਸੀ ਸਕੂਲ ਦੇ ਸਾਰੇ ਸਟਾਫ ਵਿੱਚੋਂ ਉਹਨੂੰ ਮਾਸਟਰ ਦੇਵਦੇਹੀ ਬੋਲ ਨਿੱਗੇ ਜਾਪ ਦੀ ਖੁਸ਼ਬੂ ਵਰਗੇ ਦੇਵ ਦੀਆਂ ਉਦਾਸ ਅੱਖਾਂ ਚੋਂ ਉਹਨੂੰ ਆਪਣਾ ਝੋਲਾ ਪੈਂਦਾ ਰਹਿੰਦਾ ਇਸੇ ਲਈ ਉਹ ਉਹਦੇ ਕੋਲ ਕਿੰਨਾ ਕਿੰਨਾ ਚਿਰ ਬੈਠੀ ਰਹਿੰਦੀ ਮਨੁੱਖਤਾ ਦਾ ਦਰਦ ਹੇਕ ਨਾਲ ਲਾਈ ਉਹ ਉਸਨੂੰ ਰਾਜਨੀਤੀ ਸਮਝਾਉਂਦਾ ਸਮਾਜ ਵਿਚਲੇ ਵਿਤਕਰੇ ਨੂੰ ਸਪਸ਼ਟ ਕਰਦਾ ਤੇ ਇਹਨਾਂ ਨੂੰ ਦੂਰ ਕਰਨ ਲਈ ਜਦੋਂ ਜੈਦ ਦੀ ਰੂਪਰੇਖਾ ਉਲੀਕਦਾ पाश दी देव ਵਿੱਚ ਦਿਲਚਸਪੀ ਵੱਧ ਗਈ। ਉਹਦਾ ਸਾਥ ਉਹਨੂੰ ਸੂਰਜ ਦੀ ਲੋ ਵਰਗਾ ਲੱਗਦਾ। ਉਹਦੇ ਦਿਲ ਵਿੱਚ ਕਈ ਵਾਰ ਆਉਂਦਾ ਕਿ ਉਹ ਸੂਰਜ ਵਰਗੇ ਦੇਵ ਨੂੰ ਆਖੇ, "ਵੇਖ, ਮੈਨੂੰ ਆਪਣੀ ਥੋੜੀ ਬਹੁਤੀ ਲੋ ਦੇ ਰਖੀਂ। ਕਿਤੇ ਮੈਂ ਹਨੇਰਿਆਂ 'ਚ ਭਟਕ ਨਾ ਜਾਵਾਂ।" ਪਰ ਇੱਕ ਦਿਨ ਉਹ ਹੈਰਾਨ ਹੀ ਰਹਿ ਗਈ। ਉਹਦਾ ਸੂਰਜ ਹੀ ਉਹਨੂੰ ਕਹਿ ਰਿਹਾ ਸੀ, "पाਸ਼ੀ, ਤੇਰੇ ਨਾਲ ਇੱਕ ਗੱਲ ਕਰਨੀ ਹੈ।" ਤੇ ਉਹ ਗੱਲ ਕਰਦਾ ਕਰਦਾ ਚੁੱਝ ਕੇ ਜਾ ਗਿਆ ਸੀ ਫੇਰ ਉਹ ਪਾਸ਼ ਦੀਆਂ ਅੱਖਾਂ ਵੱਲ ਵੇਖ ਬੋਲਿਆ ਸੀ ਯਕੀਨ ਜਾਣੀ ਮੈਂ ਕਦੇ ਵੀ ਆਪਣੇ ਵਿਆਹ ਬਾਰੇ ਨਹੀਂ ਸੀ ਸੋਚਿਆ ਸੋਚਦਾ ਸੀ ਜਿਹੜਾ ਰਾਹ ਮੈਂ ਚੁਣਿਆ ਉਸ ਵਿੱਚ ਇਸ ਲਈ ਕੋਈ ਥਾਂ ਨਹੀਂ ਪਰ ਹੁਣ ਮੈਨੂੰ ਯਾਦ ਆਪਦਾ ਕਿ ਜੇ ਤੇਰਾ ਸਾਥ ਮਿਲ ਜਾਏ ਤਾਂ ਮੈਂ ਦੂਣੀ ਹਿੰਮਤ ਨਾਲ ਆਜ਼ਾਦੀ ਲਈ ਲੜ ਸਕਦਾ ਹਾਸਿਆਂ ਦੇ ਸਰੋਵਰ ਵਿੱਚ ਤਰਦੀ ਪਾਸ਼ ਉਦਾਸੀ ਦਾ ਗੋਤਾ ਖਾ ਗਈ ਉਹ ਕਿੰਨਾ ਚਿਰ ਇੱਕ ਟੱਕ ਦੇਵ ਵੱਲ ਵੇਖਦੀ ਰਹੀ ਤੇ ਫੇਰ ਡਾਡੀ ਔਖ ਜਿਹੀ ਨਾਲ ਉਹਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਦੇਵ ਤੇਰੇ ਬਧਾਏ ਹੱਥ ਨੂੰ ਮੋੜਦਿਆਂ ਮੈਨੂੰ ਆਪਣੇ ਸਾਹ ਮੁੱਕਦੇ ਜਾਪਦੇ ਨੇ ਪਰ ਯਕੀਨ ਕਰ ਲੈ ਤੇਰੇ ਸਾਥ ਦੀ ਲਕੀਰ ਮੇਰੀ ਤਲੀ ਉੱਤੇ ਹੈ ਨਹੀਂ ਅਜੇ ਤਾਂ ਛੋਟੀ ਭੈਣ ਨੂੰ ਪੜਾ ਲਿਖਾ ਕੇ ਕਿਸੇ ਥਾਂ ਜੋਗੀ ਕਰਨਾ ਫੇਰ ਬੁੱਢੀ ਮਾਂ ਨੂੰ ਵੀ ਤਾਂ ਕੋਈ ਆਸਰਾ ਚਾਹੀਦਾ ਹੈ ਫੇਰ ਉਹ ਬੜੀ ਉਦਾਸ ਜੀ ਹੋਈ ਦੇਵ ਦੇ ਗੰਭੀਰ ਚਿਹਰੇ ਵੱਲ ਵਹਿੰਦਿਆਂ ਤਰਲੇ ਵਾਂਗ ਬੋਲੀ ਬਹੁਤ ਇਕੱਲੀਆਂ ਦੇਵ ਮਨ ਦਾ ਆਸਰਾ ਬਣਿਆ ਰਹੀਂ ਵੇਖੀ ਕਿਤੇ ਨਰਾਜ਼ ਹੋ ਕੇ ਮੇਥੋਂ ਦੂਰ ਨਾ ਚਲਾ ਜਾਈਂ ਪਰ ਦੇਵ ਅਜੇਹਾ ਦੂਰ ਗਿਆ ਕਿ ਮੁੜ ਜ਼ਿੰਦਗੀ ਵਿੱਚ ਵੇਖਣਾ ਵੀ ਨਸੀਬ ਨਾ ਹੋਇਆ ਦੇਸ਼ ਦੀ ਆਜ਼ਾਦੀ ਲਈ ਜੇਲ੍ਹਾਂ ਵਿੱਚ ਰੁਲਦਿਆਂ ਅਖੀਰ ਜੇਲ੍ਹ ਵਿੱਚ ਹੀ ਉਸ ਦੀ ਜ਼ਿੰਦਗੀ ਦਾ ਅੰਤ ਹੋ ਗਿਆ ਸੀਤ ਹਵਾ ਦੇ ਬੁੱਲੇ ਨੇ ਟੋਇਆ ਹੋਇਆ ਬੂਹਾ ਖੋਲ ਦਿੱਤਾ ਪਾਸ਼ ਨੇ ਉੱਠ ਕੇ ਤਖਤੇ ਭੇੜੇ ਤੇ ਅੰਦਰੋਂ ਚਟਕਣੀ ਲਾ ਦਿੱਤੀ। ਅੱਜ ਠਾਰ ਉਹਦੇ ਹੱਡਾਂ 'ਚੋਂ ਨਿਕਲਣ ਦਾ ਨਾਂ ਨਹੀਂ ਸੀ ਲੈ ਰਹੀ। ਉਹਨੇ ਹੀਟਰ ਨੂੰ ਖਿੱਚ ਕੇ ਹੋਰ ਲਾਗੇ ਕਰ ਲਿਆ ਪਰ ਮਗਦੇ ਹੀਟਰ ਵੱਲ ਵੇਖ ਉਹ ਪੈਪੀਤ ਹੋ ਗਈ। ਉਸਨੂੰ ਮਾਂ ਦੀ ਚਿਖਾ ਯਾਦ ਆਈ ਜਿਸ ਰਾਤ ਮਾਂ ਮਰੀ ਸੀ ਉਹ ਦੋਵੇਂ ਪੈਣਾ ਲਾਸ਼ ਨੂੰ ਚਿੰਬੜੀਆਂ ਸਾਰੀ ਰਾਤ ਰੋਂਦੀਆਂ ਰਹੀਆਂ ਸਨ। ਅਖੀਰ ਪਾਸ਼ ਨੇ ਆਪਣੇ ਅਥਰੂ ਪੂੰਝੇ ਛੋਟੀ ਭੈਣ ਨੂੰ ਗਲ ਲਾ ਲਿਆ ਸੀ ਇਹ ਤਾਂ ਦੁੱਖ ਸਾਰੀ ਉਮਰਾਂ ਦੇ ਨਿਹਰਾਣੀਏ ਕਿੰਨਾ ਚਿਰ ਰੋਵਾਂਗੇ ਹੌਸਲਾ ਕਰ ਰੋਇਆਂ ਕਦੇ ਦੁੱਖ ਨਹੀਂ ਮੁਕਣੇ ਤੇ ਇਹਨਾਂ ਦੁੱਖਾਂ ਨੂੰ ਮੁਕਾਉਣ ਲਈ ਉਹਨੇ ਸਭ ਕੁਝ ਵਿਸਾਰ ਦਿੱਤਾ ਛੋਟੀ ਭੈਣ ਨੂੰ ਪੜਾ ਲਿਖਾ ਕੇ ਨੌਕਰੀ ਉੱਤੇ ਲਵਾਇਆ ਤੇ ਫਿਰ ਇੱਕ ਚੰਗਾ ਘਰ ਲੱਭ ਕੇ ਉਹਦਾ ਵਿਆਹ ਕਰ ਦਿੱਤਾ ਭੈਣ ਨੂੰ ਘਰੋਂ ਤੋੜ ਉਹ ਅਸਲੋਂ ਇਕੱਲੀ ਰਹਿ ਗਈ ਆਉਂਦਿਆਂ ਜਾਂਦਿਆਂ ਭੈਣ ਪਣਵਈਏ ਨੇ ਕਈ ਵੇਰ ਉਹਨੂੰ ਨਾਲ ਲਜਾਣ ਲਈ ਜ਼ੋਰ ਪਾਇਆ ਪਰ ਉਹਦਾ ਸਿਰ ਹਮੇਸ਼ਾ ਨਾ ਵਿੱਚ ਹੀ ਹਿੱਲਦਾ ਰਿਹਾ ਪਰ ਇਹ ਸੱਚ ਸੀ ਕਿ ਇਕਲ ਦੀ ਦੀਗ ਵਿੱਚ ਪਾਸ਼ ਤੋਂ ਉਬਲਿਆ ਨਹੀਂ ਸੀ ਜਾਂਦਾ ਉਹਨੂੰ ਲੱਗਦਾ ਜਿਵੇਂ ਘਰ ਦੀਆਂ ਦੀਵਾਰਾਂ ਵਿੱਚ ਚਿਣੀ-ਚਿਣੀ ਉਹ ਸਾਹ ਤੋੜ ਦੇਵੇਗੀ ਜਿਵੇਂ ਇਕਲ ਦੀ ਤੱਤੀ ਤਵੀ ਉਹਨੂੰ ਚੁਲਸਕੇ ਰੱਖ ਦੇਵੇਗੀ ਪਰ ਹੌਲੀ-ਹੌਲੀ ਇਸ ਸਭ ਕਾਸੀ ਦੀ ਉਹਨੂੰ ਆਦਤ ਪੈ ਗਈ ਕੰਦਾਂ ਦੇ ਗੜ ਲੱਗ ਉਹਨੇ ਆਪਣੇ ਆਪ ਨੂੰ ਵਰਚਾ ਲਿਆ ਸਮੇ ਦੇ ਪਾਣੀਆਂ ਵਿੱਚ ਵਗਦਿਆਂ ਉਹਨੇ ਇਕਲਤਾ ਦੇ 22 ਸਾਲ ਇਨ੍ਹਾਂ ਪਾਣੀਆਂ ਵਿੱਚ ਹੀ ਖੋੜ ਦਿੱਤੇ ਇਹ ਬਨਵਾਸ ਕੱਟਦਿਆਂ ਸਿਰਫ ਕਿਤਾਬਾਂ ਹੀ ਉਹਦੇ ਸੰਗ ਤੁਰੀਆਂ ਸਨ ਉਹਨਾਂ ਨੇ ਹੀ ਸੰਗ ਸਹੇਲੀਆਂ ਵਾਂਗ ਦੁੱਖਾਂ ਵਿੱਚ ਵੀ ਉਹਦਾ ਹੱਥ ਫੜੀ ਰੱਖਿਆ ਸੀ ਪਰ ਕਦੇ-ਕਦੇ ਕਹਿਰ ਵਰਗੇ ਦਿਨਾਂ 'ਚ ਕੋਈ ਵੀ ਸਹਾਰਾ ਉਹਦੇ ਨਾਲ ਨਹੀਂ ਸੀ ਤੁਰਦਾ ਅੱਜ ਉਹ ਜਦੋਂ ਕਮਰੇ ਵਿੱਚ ਬੈਠੀ ਪੜ ਰਹੀ ਸੀ ਤਾਂ ਹੂਣੀ ਦੇ ਹੱਥਾਂ ਨੇ ਬੂਹਾ ਠੋਕ ਰਿਆ ਉਹਨੇ ਬੂਹਾ ਖੋਲਿਆ ਤਾਂ ਇੱਕ ਓਪਰਾ ਮਰਦ ਬਾਹਰ ਖੜਾ ਸੀ ਜੀ ਮੈਂ ਪਾਸ਼ ਹੋਰਾਂ ਨੂੰ ਮਿਲਣਾ ਪਾਸ਼ ਨੇ ਓਪਰੇ ਆਦਮੀ ਵੱਲ ਗੋਹ ਨਾਲ ਤੱਕਿਆ ਪਰ ਉਹ ਬਿਲਕੁਲ ਹੀ ਬੇਪਛਾਣ ਸੀ ਆਖਿਆ ਆਓ ਮੈਂ ਹੀ ਪਾਸ਼ ਹਾਂ ਲੰਘਾਓ ਕੋਈ ਅੱਧੀ ਸਦੀ ਹੰਡਾ ਚੁੱਕਾ ਓਪਰਾ ਮਰਦ ਅੰਦਰ ਲੰਘ ਆਇਆ ਤੁਸੀਂ ਮੈਨੂੰ ਨਹੀਂ ਜਾਣਦੇ ਆਉਣ ਵਾਲੇ ਨੇ ਕਿਹਾ ਬਸ ਇੱਕ ਇਤਫਾਕ ਹੀ ਸਮਝੋ ਕਿ ਮੈਂ ਤੁਹਾਡੇ ਤੱਕ ਆ ਪਹੁੰਚਾ ਹਾਂ ਆਉਣ ਵਾਲੇ ਨੇ ਆਪਣੀਆਂ ਐਨਕਾਂ ਲਾ ਕੇ ਕੁਰਤੇ ਦੀ ਕੰਨੀ ਨਾਲ ਸਾਫ਼ ਕੀਤੀਆਂ ਤੇ ਫੇਰ ਲਾਉਂਦਿਆਂ ਆਖਿਆ ਅੱਜ ਤੋਂ ਕੋਈ 24 ਸਾਲ ਪਹਿਲਾਂ ਦੇਵ ਦਾ ਮੇਰੀਆਂ ਬਾਹਾਂ ਵਿੱਚ ਸਾਹ ਤੋੜ ਜਾਣਾ ਇੱਕ ਇਤਫਾਕ ਹੀ ਸੀ ਪਾਸ਼ ਦੇਵ ਦਾ ਨਾਂ ਸੁਣ ਕੇ ਪੂਰੀ ਕੰਬ ਗਈ ਇੱਕ ਪਰਮਾ ਸਾਹ ਲੈਂਦਿਆਂ ਉਹਨੇ ਆਪਣੇ ਆਪ ਨੂੰ ਸੂਤ ਕੀਤਾ ਉਹ ਪਰ ਮਰਦ ਕਹਿ ਰਿਹਾ ਸੀ ਪੋਖ ਹੜਤਾਲ ਦੇ 42ਵੇਂ ਦਿਨ ਉਹਦੀ ਹਾਲਤ ਬਹੁਤ ਹੀ ਮਾੜੀ ਹੋ ਗਈ ਉਸ ਦਿਨ ਮੈਂ ਪਹਿਰੇ ਉੱਤੇ ਸੀ ਦੇਵ ਪੋਰਾ ਪੋਰਾ ਕਰਕੇ ਮੇਰੀਆਂ ਅੱਖਾਂ ਅੱਗੇ ਮਰ ਰਿਹਾ ਸੀ ਮੇਥੋਂ ਜਰਿਆ ਨਾ ਗਿਆ ਪੁਲਿਸ ਦੀ ਵਰਦੀ ਦੀ ਪਰਵਾਹ ਨਾ ਕਰਦਿਆਂ ਮੈਂ ਉਹਦੇ ਸਹਰਾਣੇ ਜਾ ਬੈਠਾ ਪੁੱਛਿਆ ਦੇਵ ਕੋਈ ਸੇਵਾ ਮੇਰੇ ਲਈਕ ਉਹ ਕਹਿਣ ਲੱਗਾ ਬਸ ਦੋਸਤਾ ਤੇਰੀ ਬੜੀ ਕਿਰਪਾ ਪੋਰਸ ਦੀ ਵਰਦੀ ਚ ਹੁੰਦਿਆਂ ਵੀ ਤੂੰ ਹਮਦਰਦ ਬਣਿਆ ਰਿਹਾ। ਬਸ ਇੱਕ ਹਿਰਕ ਹੈ ਕਿ ਤੁਸੀਂ ਇਹ ਹਥਿਆਰ ਸਾਨੂੰ ਬੰਦੀ ਬਣਾਉਣ ਲਈ ਕਿਉਂ ਚੁੱਕੇ ਨੇ? ਕਿਉਂ ਨਹੀਂ ਇਹਨਾਂ ਦਾ ਮੂੰਹ ਉਧਰ ਮੋੜਦੇ ਜੋ ਸਾਡੇ ਦੇਸ਼ ਦੀ ਕਿਸਮਤ ਨਹੀਂ ਬਣ ਦਿੰਦੇ। ਦੇਵ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਸਿੱਲੀਆਂ ਹੋ ਗਈਆਂ। ਮੇਰੇ ਅਥਰੂ ਪਹੁੰਚਦਾ ਉਹ ਬੋਲਿਆ, "ਵੇਖ, ਰੋਣਾ ਨਹੀਂ। ਅਸੀਂ ਤਾਂ ਰੋਂਦੀਆਂ ਅੱਖਾਂ ਦੇ ਅਥਰੂ ਪੂੰਝਣ ਲਈ ਨਿਕਲੇ ਹਾਂ। ਉਹਦੇ ਅਥਰੂ ਤਾਂ ਸੁੱਕ ਗਏ।" ਪਰ ਮੇਰੇ ਅਜੇ ਤੱਕ ਨਹੀਂ ਸੁੱਕੇ ਮੈਂ ਉਹਦੀ লাশ ਨਾਲ ਚੰਬੜਿਆ ਤਾਹਾਂ ਮਾਰ ਕੇ ਰੋ ਉੱਠਿਆ ਹੋਰ ਨਾ ਕੈਦੀਆਂ ਨੂੰ ਜਦੋਂ ਦੇਵ ਦੀ ਮੌਤ ਦਾ ਪਤਾ ਲੱਗਾ ਤਾਂ ਜੇਲ੍ਹ ਵਿੱਚ ਨਾਰਿਆਂ ਦਾ ਇੱਕ ਸ਼ੋਰ ਮਚ ਉੱਠਿਆ ਸਾਰਿਆਂ ਦੀ ਰਲਮਈ ਆਵਾਜ਼ ਜੇਲ੍ਹ ਕਰਮਚਾਰੀਆਂ ਨੂੰ ਕਹਿਰ ਵਰਗੀ ਲੱਗੀ ਉਹ ਡਗੜ ਡਗੜ ਕਰਕੇ ਸਾਡੇ ਵੱਲ ਭੱਜ ਆਏ ਇੱਕ ਬਾਗੀ ਦੀ লাশ ਉੱਤੇ ਮੈਨੂੰ ਰੋਂਦਿਆਂ ਵੇਖ ਗੋਰਾ ਸੁਪਰਡੈਂਟ ਖਤਰੇ ਨੂੰ ਪਾਪ ਗਿਆ ਆਉਂਦਿਆਂ ਹੀ ਲੱਗੇ ਪਈ ਰਾਈਫਲ ਨੂੰ ਕਾਬੂ ਕਰਦਿਆਂ ਉਹ ਮੇਰੇ ਉੱਤੇ ਵਰਿਆ ਤੈਨੂੰ ਪਤਾ ਹੈ ਤੂੰ ਇੱਕ ਖਤਰਨਾਕ ਬਾਗੀ ਦਾ ਪੱਖ ਪਾਲ ਰਿਹਾ ਹੈ ਇੱਕ ਗਦਾਰ ਨਾਲ ਹਮਦਰਦੀ ਦੇ ਗੁਨਾਹ ਦੀ ਸਜ਼ਾ ਜਾਣਦਾ ਜਿਸ ਗੋਰੇ ਅਫਸਰ ਦੇ ਸਾਹਮਣੇ ਖਲੋਤਾ ਮੈਂ ਪਹਿਲਾਂ ਕੰਬ ਜਾਇਆ ਕਰਦਾ ਸਾਂ ਉਸ ਦਿਨ ਤਣ ਕੇ ਖਲੋ ਗਿਆ ਬੋਲਦਿਆਂ ਬੋਲਦਿਆਂ ਓਪਰੇ ਮਰਦ ਨੇ ਹੌਕੇ ਵਰਗੀ ਉਦਾਸ ਪਾਸ ਨੂੰ ਵੇਖਿਆ ਉਸ ਦੀਆਂ ਅੱਖਾਂ ਵਿੱਚ ਅਤੀਤ ਦਾ ਬੱਦਲ ਫਟਕੇ ਪਾਣੀਓ ਪਾਣੀ ਬਣ ਚੁੱਕਾ ਸੀ ਆਪਣੀ ਉਮਰ ਜੱਡਾ ਹੋ ਕਾ ਲੈਂਦਿਆਂ ਪਾਸ਼ ਨੇ ਆਪਣੇ ਆਪ ਨੂੰ ਸੰਭਾਲਿਆ ਉਹ ਨਹੀਂ ਸਿਚੌਂਦੀ ਕਿ ਘਰ ਆਏ ਅਣਜਾਣ ਮਹਿਮਾਨ ਅੱਗੇ ਉਹਦੀਆਂ ਅੱਖਾਂ ਵਰ ਪੈਣ ਉਹ ਚੁੱਪ ਚਾਪ ਉਠੀ ਤੇ ਮਹਿਮਾਨ ਤੋਂ ਓਲੇ ਹੋ ਕੇ ਅੱਖਾਂ ਪੁੰਝ ਕੇ ਉਹ ਵਾਪਸ ਆ ਗਈ ਪਰ ਰਸੋਈ ਵਿੱਚ ਚਾਹ ਬਣਾਉਂਦੀ ਪਾਸ਼ ਦੇ ਸਾਹ ਮਗਦੇ ਸਟੋਵ ਨਾਲੋਂ ਵੀ ਜ਼ਿਆਦਾ ਤੱਤੇ ਸਨ ਅੱਜ ਵਾਲਾ ਕਹਿਰ ਉਹਦੇ ਕੋਲੋਂ ਝੱਲ ਨਹੀਂ ਸੀ ਹੋਇਆ ਸ਼ਾਂਤ ਮਨ ਦੇ ਪਾਣੀਆਂ ਵਿੱਚ ਅੱਜ ਦਾ ਹਾਦਸਾ ਇੱਕ ਭਾਰਾ ਪੱਥਰ ਬਣ ਕੇ ਡਿੱਗਾ ਜਿਸ ਨੇ ਹੀਟਲੀ ਤਹਿ ਵਿੱਚ ਗਰਕ ਹੋ ਚੁੱਕੀਆਂ ਕਿੰਨੀਆਂ ਹੀ ਜਾਦਾ ਨੂੰ ਫੇਰ ਹੰਗਾਲ ਕੇ ਉੱਤੇ ਲੈ ਆਂਦਾ ਆਪਣੇ ਮਨ ਦੇ ਪਾਣੀਆਂ ਵਿੱਚ ਉਹਨੂੰ ਹਰਫ਼ ਤਰ ਦੇ ਸਾਫ਼ ਦਿਖਾਈ ਦਿੱਤੇ ਜਿਹੜੇ ਦੇਵ ਦੀ ਆਖਰੀ ਚਿੱਠੀ ਵਿੱਚ ਉਹਦੇ ਲਈ ਬੇਚੈਨੀਆਂ ਦੇ ਵਣਜ ਬਣੇ ਸਨ ਆਪਣੀ ਪਹਿਲੀ ਉਮਰੇ ਮੈਂ ਸਿਰਫ ਆਜ਼ਾਦੀ ਨੂੰ ਹੀ ਪਿਆਰ ਕੀਤਾ ਸੀ ਇਹਦੀ ਪ੍ਰਾਪਤੀ ਲਈ ਜਦੋਂ ਮੈਂ ਆਪਣੇ ਆਪ ਨੂੰ ਤਗੜਾ ਕਰ ਰਿਹਾ ਸੀ ਤੂੰ ਵੀ ਆਜ਼ਾਦੀ ਜਿੰਨੀ ਹੀ ਪਿਆਰੀ ਲੱਗਣ ਲੱਗ ਪਈ ਤੇ ਅੱਜ ਮੌਤ ਤੋਂ ਥੋੜੇ ਕਦਮਾਂ ਦੀ ਵਿੱਥ ਤੇ ਖੜਾ ਸੋਚਦਾ ਹਾਂ ਮੇਰੀ ਵਾਰ ਕੁਦਰਤ ਇੰਨੀ ਕੰਜੂਸ ਕਿਉਂ ਹੋ ਗਈ ਘਟੋ ਘਟ ਇੱਕ ਚੀਜ਼ ਤਾਂ ਦੇ ਛੱਡਦੀ ਚਾਹ ਉਬਲ ਕੇ ਸਟੋਵ ਉੱਤੇ ਪਈ ਤਾਂ ਪਾਸ਼ ਦੀ ਸੁਰਤ ਵਾਪਸ ਮੁੜੀ ਚਾਹ ਨੂੰ ਗਲਾਸਾਂ ਚ ਪਾ ਉਹ ਅਜਨਬੀ ਕੋਲ ਆ ਬੈਠੀ ਗਲਾਸ ਫੜਾਉਂਦਿਆਂ ਪੁੱਛਿਆ ਫਿਰ ਤੁਹਾਡੇ ਨਾਲ ਕੀ ਵਾਪਰਿਆ ਬਸ ਜੀ ਵਾਪਰਨਾ ਕੀ ਸੀ ਅਜਨਬੀ ਨੇ ਚਾਹ ਦਾ ਕੁੱਟ ਪੜਦਿਆਂ ਕਿਹਾ ਮੈਨੂੰ ਵੀ 7 ਸਾਲ ਦੀ ਕੈਦ ਠੁੱਕ ਗਈ ਅਜੇ ਕੈਦ ਪੂਰੀ ਵੀ ਨਹੀਂ ਸੀ ਹੋਈ ਕਿ ਦੇਸ਼ ਆਜ਼ਾਦ ਹੋਣ ਨਾਲ ਅਸੀਂ ਵੀ ਆਜ਼ਾਦ ਹੋ ਗਏ ਅਜਨਬੀ ਨੇ ਦੋ ਕੁ ਕੁੱਟਾਂ ਹੋਰ ਪੜਦਿਆਂ ਕਿਹਾ ਕੁਝ ਕੁ ਸਾਲ ਤਾਂ ਹੋਸ਼ ਹੀ ਨਾ ਰਹੀ ਬਸ ਆਜ਼ਾਦੀ ਦੇ ਖੁਮਾਰੀ ਵਿੱਚ ਹੀ ਉਡੇ ਫਿਰਦੇ ਰਹੇ ਤੇ ਜਦ ਖੁਮਾਰੀ ਲੱਥੀ ਤਾਂ ਮਹਿਸੂਸ ਹੋਇਆ ਕਿ ਕੋਈ ਬਹੁਤਾ ਕੁਝ ਨਹੀਂ ਸੀ ਬਦਲਿਆ ਜਦੋਂ ਅਸੀਂ ਫੇਰ ਆਵਾਜ਼ ਬੁਲੰਦ ਕੀਤੀ ਤਾਂ ਉਹੀ ਪੁਲਿਸ ਉਹੀ ਤਸੀਹੇ ਉਹੀ ਅਦਾਲਤਾਂ ਤੇ ਜੇਲ੍ਹਾਂ ਕੁਝ ਚਿਰ ਤੋਂ ਮੈਂ ਦੇਵ ਦੀ ਜੀਵਨੀ ਲਿਖਣ ਬਾਰੇ ਸੋਚ ਰਿਹਾ ਹਾਂ ਇਸੇ ਲਈ ਪੁੱਛਦਾ ਪੁੱਛਾਉਂਦਾ ਉਸ ਸਕੂਲ ਪਹੁੰਚਾ ਜਿੱਥੇ ਦੇਵ ਪੜਾਇਆ ਕਰਦਾ ਸੀ ਸਕੂਲ ਦੇ ਇੱਕ ਪੁਰਾਣੇ ਟੀਚਰ ਨੇ ਤੁਹਾਡਾ ਨਾਂ ਲੈਂਦਿਆਂ ਦੱਸਿਆ ਕਿ ਦੇਵ ਦੀ ਨਿੱਜੀ ਜ਼ਿੰਦਗੀ ਬਾਰੇ ਤੁਸੀਂ ਹੀ ਵੱਧ ਤੋਂ ਵੱਧ ਦਾ ਸਕਦੇ ਹੋ ਤੁਹਾਡਾ ਨਾਂ ਮੇਰੇ ਮਨ ਦੀ ਹਨੇਰੀ ਗੁੱਠੇ ਇੱਕ ਚਾਨਣ ਵਾਂਗ ਚਮਕਿਆ ਮੈਨੂੰ ਯਾਦ ਆਇਆ ਕਿ ਇਸ ਨਾਂ ਵਾਲੀਆਂ ਚਿੱਠੀਆਂ ਦੇਵ ਮੇਰੇ ਰਾਹੀਂ ਹੀ ਡਾਕੇ ਪਵਾਇਆ ਕਰਦਾ ਸੀ ਉਸ ਟੀਚਰ ਤੋਂ ਥੋ ਪਤਾ ਪੁੱਛ ਕੇ ਮੈਂ ਤੁਹਾਡੇ ਤੱਕ ਅਪੜਿਆ ਹਾਂ ਫੇਰ ਉਹ ਦੇਵ ਦੀਆਂ ਗੱਲਾਂ ਵਿੱਚ ਅਜਿਹੇ ਜੁੜੇ ਕਿ ਆਲੇ ਦੁਆਲੇ ਦੀ ਵੀ ਸੁੱਧ ਬੁੱਧ ਨਾ ਰਹੀ ਜਦ ਕਮਰੇ ਅੰਦਰ ਹਨੇਰੇ ਦੇ ਪਰਛਾਵੇਂ ਡਾਡੇ ਸੰਘਣੇ ਹੋ ਗਏ ਤਾਂ ਪਾਸ਼ ਤਰਬਕੇ ਉੱਠੀ ਤੇ ਬੱਤੀ ਬਾਲ ਦਿੱਤੀ ਦੋਵੇਂ ਖਾਲੀ ਗਲਾਸ ਚੁੱਕ ਕੇ ਇੱਕ ਪਾਸੇ ਰੱਖਦੀ ਉਹ ਫੇਰ ਆਪਣੀ ਥਾਂ ਤੇ ਆ ਬੈਠੀ ਮੈਂ ਬਹੁਤਾ ਚਿਰ ਰੋਕ ਨਹੀਂ ਸਕਦਾ ਬਸ ਇੱਕ ਗੱਲ ਹੋਰ ਤੁਹਾਡੇ ਲਈ ਹੋਵੇਗੀ ਤਾਂ ਔਖੀ ਪਰ ਜੇਲ੍ਹ ਵੇਲੇ ਦੀਆਂ ਲਿਖੀਆਂ ਦੇਵ ਦੀਆਂ ਚਿੱਠੀਆਂ ਮੇਰੀ ਬੜੀ ਮਦਦ ਕਰ ਸਕਦੀਆਂ ਨੇ ਚਿੱਠੀਆਂ ਵਾਸ਼ ਦੀ ਸੋਚ ਨੂੰ ਇੱਕ ਝਟਕਾ ਲੱਗਾ ਮੇਰੇ ਕੋਲ ਜਿਉਣ ਲਈ ਕੁਝ ਤਾਂ ਰਹਿਣ ਦਿਓ ਕਹਿਣਾ ਚਾਹੁੰਦੀ ਸੀ ਪਰ ਇਸ ਸੋਚ ਨੂੰ ਸ਼ਬਦ ਨਾ ਜੁੜੇ ਉਸ ਦੀਆਂ ਉਦਾਸ ਅੱਖਾਂ ਨੇ ਜਦ ਅਜਨਬੀ ਵੱਲ ਤੱਕਿਆ ਤਾਂ ਉੱਤਰ ਗਈ ਕੁਰਸੀ ਉੱਤੇ ਬੈਠਾ ਓਪਰਾ ਆਦਮੀ ਉਹਨੂੰ ਦੇਵਦਾਹੀ ਬਦਲਿਆ ਰੂਪ ਜਾਪਿਆ ਉਹੋ ਗੱਲਾਂ ਉਹੋ ਸਾਦਗੀ ਤੇ ਅੱਖਾਂ ਦੀਆਂ ਡੁੰਗਿਆਈਆਂ ਵਿੱਚ ਤਰਦਾ ਲੋਕਾਂ ਲਈ ਉਹੋ ਜਿਹਾ ਹੀ ਦਰਦ ਅਸਲ ਵਿੱਚ ਦੇਵ ਨੇ ਮੈਨੂੰ ਕੋਈ ਚਿੱਠੀ ਲਿਖੀ ਹੀ ਨਹੀਂ ਪਾਸ਼ ਨੇ ਇੱਕ ਢੂੰਗਾ ਸਾ ਲੈਂਦਿਆਂ ਕਿਹਾ ਉਹਨੇ ਜੋ ਵੀ ਮੈਨੂੰ ਲਿਖਿਆ ਉਹ ਲੋਕਾਂ ਲਈ ਹੀ ਸੀ ਤੇ ਉਸਨੇ ਟ੍ਰਾਂਕ ਵਿੱਚੋਂ ਰਮਾਲ ਵਿੱਚ ਬਲੇਟੀਆਂ ਸਾਰੀਆਂ ਚਿੱਠੀਆਂ ਕੱਢ ਕੇ ਅਜਨਬੀ ਨੂੰ ਫੜਾ ਦਿੱਤੀਆਂ ਲਓ ਤੁਸੀਂ ਪੜ੍ਹ ਲਓ ਓਨਾ ਚਿਰ ਮੈਂ ਰੋਟੀ ਦਾ ਆਹਰ ਕਰਾਂ ਅਜਨਬੀ ਨੇ ਚਿੱਠੀਆਂ ਫੜਦਿਆਂ ਆਪਣੀ ਘੜੀ ਵੱਲ ਵੇਖਿਆ ਇਥੋਂ ਅੰਬਰਸਰ ਕਿੰਨੇ ਕੁ ਚਿਰ ਦਾ ਰਾਹ ਹੋਵੇਗਾ ਬਸ ਕੋਈ ਅੱਧੇ ਘੰਟੇ ਦਾ ਫੇਰ ਤਾਂ ਮੈਨੂੰ ਚੱਲਣਾ ਚਾਹੀਦਾ ਨਹੀਂ ਇੰਜ ਨਾ ਸੋਚੋ ਤੁਸੀਂ ਇੱਥੇ ਬਗੈਰ ਝਿਜਕਦੇ ਰਾਤ ਰਹਿ ਸਕਦੇ ਹੋ ਰਾਤ ਰਹਿਣ ਦੀ ਗੱਲ ਨਹੀਂ ਪਾਸ਼ੀ ਪਰ ਮੈਂ ਇੱਕ ਜ਼ਰੂਰੀ ਕੰਮ ਕਲਕੱਤੇ ਜਾ ਰਿਹਾ ਕਿਸੇ ਵੀ ਤਰ੍ਹਾਂ ਰੁਕ ਨਹੀਂ ਸਕਦਾ ਆਪਣਾ ਨਾਂ ਇੱਕ ਅਜਨਬੀ ਦੇ ਮੂੰਹੋਂ ਇੰਨੀ ਆਪਣਤ ਨਾਲ ਸੁਣ ਕੇ ਪਾਸ਼ੀ ਹਿੱਲ ਜਾਈ ਗਈ ਦੇਵ ਵੀ ਬਤੀਵਾਰ ਉਹਨੂੰ ਇੰਜ ਹੀ ਸੱਦਿਆ ਕਰਦਾ ਸੀ ਤੇ ਅੱਜ ਇਕ ਲੰਬੇ ਅਰਸੇ ਤੋਂ ਬਾਅਦ ਇੱਕ ਓਪਰਿਆਂ ਵਾਂਗ ਆਏ ਇਸ ਪ੍ਰੌਣੇ ਨੇ ਉਸੇ ਨਾਮ ਨੂੰ ਦੁਹਰਾ ਕੇ ਪਾਸ਼ ਨੂੰ ਇੱਕ ਕੰਬਾਜਿਆ ਛੇੜ ਦਿੱਤਾ ਤੁਸੀਂ ਫੇਰ ਕਦੋਂ ਆਓਗੇ ਇਹ ਫੇਰ ਸਾਡੀ ਜ਼ਿੰਦਗੀ ਵਿੱਚ ਬਹੁਤ ਘਟ ਆਉਂਦੀ ਏ ਪਤਾ ਨਹੀਂ ਕਿਹੜੀ ਥਾਂ ਮੁਕਾਬਲੇ ਲਈ ਅੜੀਖਰੀ ਹੋਵੇਗੀ ਪਾਸ਼ ਨੂੰ ਲੱਗਾ ਉਹ ਅਜਨਬੀ ਦੀ ਹਿੱਕ ਨਾਲ ਆਪਣਾ ਸਿਰ ਲਾ ਕੇ ਉਮਰਾਂ ਦੇ ਡੱਕੇ ਅਥਰੂ ਬਗਾ ਛੱਡੇ ਪਰ ਆਪਣੇ ਉੱਤੇ ਜ਼ਬਤ ਰੱਖਦਿਆਂ ਉਨੇ ਸਰ ਕੰਨ ਦੇ ਨਾਲ ਜੋੜ ਲਿਆ ਨਹੀਂ ਪਾਸ਼ੀ ਰੋਣਾ ਨਹੀਂ ਇਹ ਅਥਰੂ ਰੋਇਆ ਨਹੀਂ ਮੁਕਾਇਆ ਹੀ ਮੁਕਣੇ ਨੇ ਉਹ ਉਪਰੇ ਮਰਦ ਨੇ ਕਿਹਾ ਤੇ ਕੁਝ ਚੇਤੇ ਆ ਜਾਣ ਵਾਂਗ ਕਾਲੀ ਨਾਲ ਆਪਣੀ ਘੜੀ ਵੱਲ ਵੇਖਿਆ ਅੱਛਾ ਮੈਂ ਚੱਲਦਾ ਕਿਤੇ ਗੱਡੀਆਂ ਖੁੰਝ ਨਾ ਜਾਵਾਂ ਅਜਨਬੀ ਨੇ ਬੰਦ ਅੱਖਾਂ ਵਿੱਚੋਂ ਹੰਝੂ ਕੇਰ ਦੀ ਪਾਸ਼ ਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਘੁੱਟ ਲਏ ਜਾਣ ਤੋਂ ਪਹਿਲਾਂ ਆਪਣਾ ਨਾਂ ਤਾਂ ਦੱਸ ਦੇ ਜਾਓ पाश ਨੇ ਆਪਣੀ ਮੁੱਕਦੀ ਜਾਂਦੀ ਸੁਰਤ ਦੀ ਕਿਸੇ ਤੰਦ ਨੂੰ ਹੱਥ ਪਾਉਂਦਿਆਂ ਕਿਹਾ ਨਾ ਕੀ ਦੱਸਾਂ ਪਾਸ਼ੀ ਇਸ ਰਾਹ ਤੇ ਤੁਰਨ ਵਾਲਿਆਂ ਦਾ ਕੋਈ ਨਾਂ ਨਹੀਂ ਹੁੰਦਾ ਪਰ ਇੱਕ ਲੰਮੇ ਅਰਸੇ ਤੋਂ ਦੇਵ ਦੀ ਪੈੜ ਉੱਤੇ ਤੁਰਦਿਆਂ ਮੈਂ ਆਪਣੇ ਆਪ ਨੂੰ ਦੇਵ ਹੀ ਸਮਝਣ ਲੱਗ ਪਿਆ ਹਾਂ ਘਰ ਆਇਆ ਉਹ ਪ੍ਰਮਰਦ ਦੇਵ ਬਣ ਕੇ ਚਲਾ ਗਿਆ ਤੇ ਪਾਸ਼ ਡਾਢੀ ਹੀ ਉਦਾਸ ਹੋ ਗਈ ਛਾਂਗੇ ਹੋਏ ਰੁੱਖ ਵਾਂਗਰਾ ਉਦਾਸ ਸਿਆਲ ਦੀ ਧੁੱਪ ਵਾਂਗਰਾ ਉਦਾਸ ਤੇ ਕਿਸੇ ਹੱਥੀ ਤੋਰੇ ਪਿਆਰੇ ਦੀ ਮੋੜ ਮੋੜ ਆਉਂਦੀ ਯਾਦ ਵਾਂਗਰਾ ਉਦਾਸ ਸ਼ੁਕਰੀਆ ਦੋਸਤ